أما بعد فأعوذ بالله من الشيطان الرجيم بسم الله الرحمن الرحيم لا أقسم بهذا البلد وأنت حل بهذا البلد خواتین خاموشی اختیار کرو مسجد چی آئیاں جی عمران خان دے دھرنے چ نہیں آئیاں تسی سامعین محترم میرے تو قبل برادری اصغر اور شیخ القرآن ولی الرحمان حضرت مولانا محمد حسین صاحب شیخو پوری رحمہ اللہ دے پوتے حافظ نعیم الرحمان صاحب اپنے خیالات دا اظہار فرما رہے سن. وقت بالکل مختصر ہے, میں جنہ آیات نو تلاوت کیتا ہے ایدے اندر اللہ نے مکے شہر دی قسم اٹھائی ہے دنیا دے اندر شہر بڑے نے کسی دے ذہن وچ سوال آ سکتا ہے کہ جی اودو نہیں سن اودو وی شہر موجود سن شام وی موجود سی مصر وی موجود سی عراق وی موجود سی ایران وی موجود سی اے پاک و ہند یہ نام بعد وچ رکھے گئے نے لیکن موجود سارے سن بسرا بھی موجود سی کوفہ تے بغداد بھی موجود سی لیکن اللہ نے ہر چیز وچوں کسے نہ کسے چیز دا انتخاب کیتا ہے پتھراں وچوں حجرِ اسود دا انتخاب کیتا ہے پانیاں وچوں زمزم دا انتخاب کیتا ہے کتاباں وچوں قرآن دا انتخاب کیتا ہے مہینیاں وچوں رمضان المبارک دا انتخاب کیتا ہے راتاں وچوں لیلۃ القدر دا انتخاب کیتا ہے
ਸਾਲਾਂ ਵਿੱਚੋਂ ਆਮੁਲ ਫੀਲ ਦਾ ਇੰਤਖਾਬ ਕੀਤਾ। ਸਦਕੇ ਕੁਰਬਾਨ ਜਾਵਾਂ, ਅੰਬਿਆ ਔਰ ਰਸੂਲ ਵਿੱਚੋਂ ਆਮਿਨਾ ਦੇ ਲਾਲ ਦਾ ਇੰਤਖਾਬ ਕੀਤਾ। ਸ਼ਹਿਰਾਂ ਚੋਂ ਸ਼ਹਿਰ ਦੀ ਵਾਰੀ ਆਈ ਏ ਤੇ ਮੱਕੇ ਦਾ ਇੰਤਖਾਬ ਕੀਤਾ। ਅਹਿਲੇ ਹਦੀਸ ਮੁਬਾਰਕਬਾਦ ਦੇ ਮੁਸਤਹਿਕ ਨੇ ਕਿ ਜਿਨ੍ਹਾਂ ਦੀ ਨਿਸਬਤ ਦੁਨੀਆ ਦੇ ਅੰਦਰ ਆ ਜਾ ਕੇ ਜਿੱਥੋਂ ਸ਼ੁਰੂ ਹੁੰਦੀ ਹੈ ਤੇ ਜਿੱਥੇ ਖਤਮ ਹੁੰਦੀ ਹੈ ਉਹ ਦੋ ਜਗ੍ਹਾ ਨੇ, ਇੱਕ ਮੱਕਾ ਤੇ ਦੂਜਾ ਮਦੀਨਾ, ਇੱਕ ਕੁਰਾਨ ਹੈ ਤੇ ਦੂਜੀ ਹਦੀਸ ਹੈ। ਸਾਡੇ ਕੋਲ ਇੱਕ ਰਹਿਮਾਨ ਹੈ ਤੇ ਦੂਸਰਾ ਆਮਿਨਾ ਦਾ ਲਾਲ ਹੈ। ਦੁਆਏ ਕਰਿਆ ਕਰੋ ਅੱਲਾ ਸਾਨੂੰ ਇਹਨਾਂ ਜੋਗਾ ਹੀ ਰੱਖੇ, ਸਾਨੂੰ ਹੋਰ ਕਿਸੇ ਦੀ ਲੋੜ, ਹੋਰ ਕਿਸੇ ਜਗ੍ਹਾ ਤੇ ਜਾ ਕੇ ਸਾਨੂੰ ਠੰਡ ਪੈਂਦੀ। ਲੋਕੀ ਤੇ ਇੱਥੇ ਹੀ ਠੰਡਾ ਪਾ ਲੈਂਦੇ ਨੇ ਨਾ ਸਾਲ ਬਾਅਦ ਬਣਾ ਕੇ, ਆ ਕਈਆਂ ਪਿਛਲੇ ਮਹੀਨੇ ਹੀ ਇੱਥੇ ਹੀ ਦਿਲ ਪਰਚਾਏ ਨੇ ਬਣਾ ਬਣਾ ਕੇ, ਫੇਰੇ ਕੱਟ ਕੱਟ ਕੇ, ਪਰ ਨਹੀਂ ਨਹੀਂ ਨਹੀਂ, ਅਹਿਲੇ ਹਦੀਸ ਦਾ ਦਿਲ ਕਿੱਥੇ ਠੰਡਾ ਹੁੰਦਾ। ਆਓ ਜ਼ਰਾ ਕੁਰਾਨ ਦੇ ਅਲਫਾਜ਼ ਸੁਣ ਲਓ। ਅੱਲਾ ਫਰਮਾਂਦੇ ਨੇ ਇਨ ਅਵਲ ਬੈਤਿਨ ਵੁਜ਼ਿਆ ਲਿਨਾਸਿ ਲਲਜ਼ੀ ਬਿਬੱਕਤਾ ਮੁਬਾਰਕਨ ਵਹੁਦਲ ਲਿਲ ਆਲਮੀ। ਆ ਮੂੰਹਾਂ ਤੋਂ ਜ਼ਰਾ ਚਾਦਰਾਂ ਲਾਹ ਕੇ ਨਾ ਫਿਰ ਸੁਭਾਣ ਲਾ ਕੋ, ਆ ਗੋਡੇ ਛੱਡ ਕੇ ਜ਼ਰਾ ਪੋ, ਮੂੰਹਾਂ ਦੇ ਅੱਗੇ ਕੱਪੜੇ ਲੈ ਕੇ ਬਹਿਣਾ ਮਰਦਾਂ ਦਾ ਕੰਮ ਨਹੀਂ, ਔਰਤਾਂ ਦਾ ਕੰਮ ਹੈ। ਇਨਾ ਅਵਲ ਬੈਤਿਮ ਵੁਜ਼ਿਆ ਲਿਨਾਸਿ ਲਲਜ਼ੀ ਬਿਬੱਕਤਾ ਮੁਬਾਰਕਨ ਵਹੁਦਲ ਲਿਲ ਆਲਮੀ। ਆਵਾਜ਼ ਆਉਂਦੀ ਹੈ ਯਜ਼ਦਾਨੀ ਰੂਹੇ ਜ਼ਮੀਨ ਦੇ ਉੱਤੇ, ਸਭ ਤੋਂ ਪਹਿਲਾ ਜਿਹੜਾ ਮੈਂ ਘਰ ਬਣਾਇਆ ਉਹ ਕਿਹੜਾ? ਇਨਾ ਅਵਲ ਬੈਤਿਮ ਵੁਜ਼ਿਆ ਲਿਨਾਸਿ ਲਲਜ਼ੀ ਬਿਬੱਕਤਾ ਮੁਬਾਰਕਨ। ਉਹ ਮਸਜਿਦੇ ਹਰਾਮ, ਉਹ ਕਾਬਤੁੱਲਾ ਬਣਾਇਆ ਅੱਲਾ ਕਿਹੜੀ ਜਗ੍ਹਾ ਤੇ ਬਣਾਇਆ? ਅੱਜ ਕਈ ਮੌਲਵੀ ਪਾਕਿਸਤਾਨ ਦੇ ਚੌਂਕਾਂ ਚੁਰਸਤਿਆਂ 'ਚ, ਸ਼ਹਿਰਾਂ ਤੇ ਪਿੰਡਾਂ 'ਚ ਵੀ ਬਾਰਡਰ ਬਣਾਉਂਦੇ ਨੇ। ਅੱਲਾ ਕਿੱਥੇ ਬਣਾਇਆ ਈ? ਕੂਫੇ ਬਣਾਇਆ ਈ? ਬਗਦਾਦ ਬਣਾਇਆ ਈ? ਬਸਰੇ ਬਣਾਇਆ ਈ? ਸ਼ਾਮ ਜਾਂ ਮਿਸਰ ਬਣਾਇਆ ਈ? ਇੰਡੀਆ 'ਚ ਬਣਾਇਆ ਈ? ਅਫਗਾਨਿਸਤਾਨ 'ਚ ਬਣਾਇਆ ਈ? ਪਾਕਿਸਤਾਨ 'ਚ ਬਣਾਇਆ ਈ? ਆਵਾਜ਼ ਆਉਂਦੀ ਹੈ ਨਹੀਂ ਨਹੀਂ, ਮੈਂ ਕਿੱਥੇ ਬਣਾਇਆ? ਲੱਲਜ਼ੀ ਬਿਬੱਕਤਾ, ਲੱਲਜ਼ੀ ਬਿਬੱਕਤਾ ਮੱਕਾ ਸ਼ਹਿਰ। ਉਹ ਸ਼ਹਿਰ ਕਿਹੜਾ? ਬਿਬੱਕਤਾ ਲਿਲਜ਼ੀ ਬਿਬੱਕਤਾ ਮੁਬਾਰਕਨ ਵਹੁਦਲ ਲਿਲ ਆਲਮੀ। ਅੱਲਾ
ਫਰਮਾਉਂਦੇ ਨੇ ਉਹ ਬਰਕਤਾਂ ਵਾਲਾ, ਅਜ਼ਮਤਾਂ ਵਾਲਾ, ਉਹ ਮੁਬਾਰਕ ਹੈ ਤੇ ਮੱਕਾ ਸ਼ਹਿਰ ਹੈ। ਅੱਲਾਹ ਇਹਨੂੰ ਅਜ਼ਮਤਾਂ ਵਾਲਾ ਕਿਉਂ ਬਣਾਇਆ ਹੀ? ਫਰਮਾਇਆ ਵੀ ਆਇਆ ਤੁਮ ਆਪ ਜੀ, ਇਹ ਬਰਕਤਾਂ ਵਾਲਾ ਕਿਉਂ ਹੈ? ਇਹਦੇ 'ਚ ਪੰਜ ਰੱਬ ਨੇ ਸਿਫਤਾਂ ਬਿਆਨ ਕੀਤੀਆਂ ਨੇ ਇਹਨਾਂ ਦੁਆਇਤਾਂ 'ਚ। ਵੀ ਆਇਆ ਤੁਮ ਬੈਨਾ ਤੁਮ ਮਕਾਮ ਇਬਰਾਹੀਮ ਵਮਨ ਦਖਲਹੁ ਕਾਨਾ ਮਿਨਾ ਵਲਿਲਾਹਿ ਅਲਨਾਸਿ ਹਿਜੁਲ ਬੈਤਿ ਮਨਿਸਤਤਾ ਇਲੈਹਿ ਸਬੀਲਾ ਵਮਨ ਕਾਫਰਾ ਫਇਨਲਲਾਹ ਗਨੀਯੁਨ ਅਨਿਲ ਸੁਭਾਨ ਅੱਲਾਹ ਸੁਭਾਨ ਅੱਲਾਹ। ਅੱਲਾਹ ਇਹ ਬਰਕਤਾਂ ਵਾਲਾ ਕਿਉਂ? ਫਰਮਾਇਆ ਯਜ਼ਦਾਨੀ, ਪਹਿਲੀ ਗੱਲ ਇਹ ਵੇ ਇੱਥੇ ਮੇਰਾ ਘਰ ਹੈ ਬੈਤੁੱਲਾ, ਦੂਜੀ ਗੱਲ ਇਹ ਵੇ ਇਹ ਮਰਕਜ਼ ਦਾ ਹਦਾ, ਇਹ ਹਦਾਇਤ ਦਾ ਮਰਕਜ਼ ਹੈ ਲੋਕਾਂ ਵਾਸਤੇ, ਹਦਾਇਤ ਦਾ ਜ਼ਰੀਆ। ਅੱਲਾਹ ਹੋਰ ਕਿਹੜੀ ਵਜ੍ਹਾ ਤੋਂ ਬਾ ਬਰਕਤ? ਫਰਮਾਇਆ ਆਇਆ ਤੁਮ ਬਈ ਜਨਾਤੁਲ ਮਕਾਮ ਇਬਰਾਹੀਮ। ਇੱਥੇ ਮੁਕਾਮ ਇਬਰਾਹੀਮ ਹੈ, ਤਿੰਨ ਹੋ ਗਈਆਂ। ਵਮਨ ਦਖਲਹੁ ਕਾਨਾ ਮਿਨਾ, ਇੱਕ ਵਾਰੀ ਫੇਰ ਆਖੋ ਦਰਾ, ਵਮਨ ਦਖਲਹੁ ਕਾਨਾ ਮਿਨਾ, ਜਿਹੜਾ ਇਹਦੇ ਵਿੱਚ ਦਾਖਲ ਹੋ ਜਾਂਦਾ, ਅਮਨ ਵਿੱਚ ਆ ਜਾਂਦਾ, ਸਲਾਮਤੀ 'ਚ ਆ ਜਾਂਦਾ, ਸਕੂਨ ਵਿੱਚ ਆ ਜਾਂਦਾ, ਰਾਹਤ ਵਿੱਚ ਆ ਜਾਂਦਾ। ਜਿਵੇਂ ਬੱਚਾ ਮਾਂ ਦੀ ਗੋਦ ਵਿੱਚ ਪੈ ਕੇ ਨਾ ਤੇ ਆਪਣੇ ਆਪ ਨੂੰ ਮਹਿਫੂਜ਼ ਸਮਝਦਾ, ਪੁਰਸਕੂਨ ਸਮਝਦਾ ਤੇ ਆਉਂਦਾ ਜੋ ਰਾਹਤਾਂ, ਸਕੂਨ, ਆਰਾਮ ਮੈਨੂੰ ਮਾਂ ਦੀ ਗੋਦ ਵਿੱਚੋਂ ਮਿਲਦੀਆਂ ਨੇ, ਹੋਰ ਕਿਸੇ ਸਾਗ ਕੋਲੋਂ ਮਿਲਦੀਆਂ? ਆ ਸੁਣੋ ਲੋਗੋ, ਯਜ਼ਦਾਨੀ ਦਾ ਪੈਗਾਮ ਸਾਰੀ ਦੁਨੀਆ ਫੇਰ ਲਓ। ਇਸ ਕਿਤਾਬ ਦੇ ਉਤਰਨ ਵਾਲੇ ਦੀ ਕਸਮ ਹੈ, ਸਾਡੇ ਸੀਨੇ ਵਿੱਚ ਆ ਕੇ ਠੰਡ ਪੈਂਦੀ ਹੈ, ਸਕੂਨ ਮਿਲਦਾ। ਯਾ ਮੱਕੇ ਦੇ ਵਿੱਚ ਜਾ ਕੇ, ਮਸਜਿਦ ਹਰਾਮ ਵਿੱਚ ਜਾ ਕੇ, ਕਾਬਤੁੱਲਾ ਵੇਖ ਕੇ, ਯਾ ਮਸਜਿਦ ਨਬਵੀ ਵਿੱਚ ਜਾ ਕੇ, ਸਾਨੂੰ ਹੋਰ ਇਹ ਜਗ੍ਹਾ ਜਿਹੜੀਆਂ ਦੁਨੀਆ ਦੀਆਂ ਨੇ ਇਹਨਾਂ ਤੇ ਸਾਡਾ ਦਿਲ, ਇਹਨਾਂ ਤੇ ਸਾਡਾ ਦਿਲ ਕਰਦਾ ਹੀ। ਇਸੇ ਵਾਸਤੇ ਤੇ ਮੇਰਾ ਕਾਇਦੀ ਯਜ਼ਦਾਨੀ ਸ਼ਹੀਦ ਕਹਿ ਗਿਆ। ਅੱਲਾ ਕਬਰ ਮੁਨੱਵਰ ਫਰਮਾਏ, ਫਰਮਾਉਂਦੇ ਨੇ ਇਹ ਬਗਦਾਦਾਂ ਤੇ ਅੱਜ ਮੇਰਾ ਤੇਰੇ 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 ਇੱਥੇ ਹੀ ਇੱਥੇ ਹੀ ਇੱਥੇ ਹੀ ਇੱਥੇ ਹੀ ਬਗਦਾਦਾਂ ਤੇ ਅੱਜ ਮੇਰਾ, ਇਹ ਸਰਹੰਦਾਂ ਤੇ ਮੁਲਤਾਨਾ
ਮਦੀਨਾ ਮੱਕਾ ਅਕਸਾ ਛੱਡ ਆਪਾ ਜੀ ਮੱਦੀ ਬਾਬੀਆਂ ਨੂੰ ਮਦੀਨਾ ਮੱਕਾ ਅਕਸਾ ਛੱਡ ਇੱਥੇ ਜਾਇਆ ਨਹੀਂ ਜਾਂਦਾ ਜਿਹੜਾ ਗੁੰਗਾ ਉਹ ਨਾ ਬੋਲੇ ਜਿਹਨੂੰ ਰੱਬ ਜ਼ੁਬਾਨ ਦਿੱਤੀ ਉਹ ਬੋਲੇ ਮਦੀਨਾ ਮੱਕਾ ਅਕਸਾ ਛੱਡ ਇੱਥੇ ਜਾਇਆ ਨਹੀਂ ਜਾਂਦਾ ਇਹ ਬਗਦਾਦ ਤੇ ਅੱਜ ਮੇਰਾ ਇਹ ਸਰਹੰਦਾ ਤੇ ਮੁਲਤਾਨਾ ਸੋਨੀ ਅਸਾਨੀ ਦਾ ਪੈਗਾਮ ਲਿਖ ਕੇ ਲੈ ਜਾ ਇਹ ਬਗਦਾਦ ਤੇ ਅੱਜ ਮੇਰਾ ਇਹ ਸਰਹੰਦਾ ਤੇ ਮੁਲਤਾਨਾ ਮਦੀਨਾ ਮੱਕਾ ਅਕਸਾ ਛੱਡ ਇੱਥੇ ਜਾਇਆ ਉਹ ਬੋਲੋ ਤੇ ਸਹੀ ਤੁਹਾਨੂੰ ਰੱਬ ਦੀ ਕਸਮ ਹੈ ਜਿਹੜਾ ਨਾ ਬੋਲੇ ਫਿਰ ਅੱਲਾ ਨੇ ਉਹਨੂੰ ਗੂੰਗਾ ਕਰ ਦਿੱਤਾ ਨਾ ਤੇ ਸਾਡਾ ਬਸ ਕੋਈ ਨਹੀਂ ਜੇ ਰੱਬ ਦੇ ਨਾਂ ਤੇ ਬੋਲਿਆ ਕਰੋ ਮਦੀਨਾ ਮੱਕਾ ਅਕਸਾ ਛੱਡ ਇੱਥੇ ਜਾਇਆ ਨਹੀਂ ਜਾਂਦਾ ਮੱਕੇ ਦੇ ਹੱਜ ਦੇ ਬਦਲੇ ਅਲੀਪੁਰ ਜਾਇਆ ਨਹੀਂ ਜਾਂਦਾ ਕਹਿ ਲੋ ਕਹਿ ਲੋ ਕਹਿ ਲੋ ਮੱਕੇ ਦੇ ਹੱਜ ਦੇ ਬਦਲੇ ਪਤਨ ਜਾਇਆ ਨਹੀਂ ਜਾਂਦਾ ਅੱਲਾ ਤੋਬਾ ਲੱਡੂ ਛੱਡ ਕੇ ਗੋਇਆ ਖਾਇਆ ਜਿਹੜਾ ਖਾ ਸਕਦਾ ਉਹ ਨਹੀਂ ਬੋਲੇਗਾ ਜਿਹੜਾ ਖਾ ਸਕਦਾ ਨਹੀਂ ਬੋਲੇਗਾ ਜਿਹੜਾ ਬੋਲੇਗਾ ਮੈਂ ਆਖਾਂਗਾ ਉਹ ਇਹਨਾਂ ਚੀਜ਼ਾਂ ਤੋਂ ਮੁਤਨਫਰ ਹੈ ਉਹ ਅੱਲਾ ਤੋਬਾ ਲੱਡੂ ਛੱਡ ਕੇ ਗੋਇਆ ਖਾਇਆ ਤੇ ਸੁਣ ਸਾਡੇ ਕੋਲੋਂ ਮੁਹੰਮਦ ਪਾਕ ਨੂੰ ਛੱਡ ਕੇ ਤੱਕਾਂ ਗੈਰਾਂ ਦੇ ਵੱਲ ਕਿਉਂ ਮੈਂ ਸਾਨੂੰ ਗੁੰਡੀਆਂ ਰੰਨਾਂ ਵਾਲੀ ਆਦਤ ਨਹੀਂ ਪਈ ਖਸਮ ਘਰ ਬੈਠਾ ਹੋਏ ਤੇ ਜਨਾਨੀ ਗੁਆਂਢੀਆਂ ਦੇ ਕੋਠੇ ਟੱਪਦੀ ਫਿਰੇ ਫਿਰ ਲਿੱਤਰ ਹੀ ਖਾਣੇ ਸੁਣਾ ਬੋਲੋ ਫਿਰ ਪੌਲੇ ਹੀ ਖਾਣੇ ਸੁਣਾ ਗੋਤੀ ਮਨਵਾਣੀ ਸੂ ਆਪਣੀ ਅੱਲਾ ਤੁਹਾਨੂੰ ਸਮਝ ਅਤਾ ਕਰਦੇ ਉਹ ਨਬੀ ਕੋਲ ਹੋਵੇ ਤੇ ਭੜਵਿਆਂ ਗੈਰਾਂ ਵੱਲ ਵੇਨਾ ਤੇਰਾ ਨਾ ਲੱਭ ਕੇ ਲਿਆਵਾਂ ਕਿੱਥੋਂ ਤੇਰੇ ਨਾਲ ਦਾ ਇਹ ਗੁੰਡੀਆਂ ਰੰਨਾਂ ਜਿਹੜੀਆਂ ਨੇ ਨਵੇਂ ਰੋਜ਼ ਲੱਭਦੀਆਂ ਨੇ ਹਯਾ ਵਾਲੀਆਂ ਘਰ ਘਰਾਨੇ ਵਾਲੀਆਂ ਈਮਾਨ ਵਾਲੀਆਂ ਸ਼ਾਨ ਵਾਲੀਆਂ ਇੱਕੋ ਤੇ ਰਹਿੰਦੀਆਂ ਨੇ ਆ ਅਹਲੇ ਹਦੀਸ ਵੀ ਦਾਵਤ ਦਿੰਦਾ ਤੇ ਇਹੋ ਹੀ ਮੁਹੰਮਦ ਪਾਕ ਨੂੰ ਛੱਡ ਕੇ ਤੱਕਾਂ ਗੈਰਾਂ ਦੇ ਵੱਲ ਕਿਉਂ ਮੈਂ ਮੇਰੇ ਦਿਲ ਨੂੰ ਦੂਜੇ ਦੇ ਪਿਆਰ ਨਾਲ ਬਹਿਲਾਇਆ ਨਹੀਂ ਜਾਂਦਾ ਆ ਮੇਰੇ ਦਿਲ ਨੂੰ ਦੂਜੇ ਦੇ ਪਿਆਰ ਨਾਲ ਬਹਿਲਾਇਆ ਨਹੀਂ ਜਾਂਦਾ ਤੇ ਗੱਲ ਸੁਣ ਲੈ ਮੈਂ ਕੀ ਆਨਾ ਤੂੰ ਫਿਰ 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 ਓ ਤੂੰ ਫਿਰ ਫਿਰ
ਦੁਨੀਆਂ ਦੇ ਦਰਬਾਰਾਂ ਦੇ ਪਾਉਂਦਾ ਟੱਕਰਾਂ ਖਾਂਦਾ, ਮੈਨੂੰ ਕਾਫੀ ਹੈ ਬਸ ਕਾਫੀ ਹੈ ਕਾਸ਼ਾਨਾ ਮੁਹੰਮਦ ਦਾ, ਮੈਨੂੰ ਕਾਫੀ ਹੈ ਬਸ ਕਾਫੀ ਹੈ ਕਾਸ਼ਾਨਾ ਮੁਹੰਮਦ ਦਾ। ਮਦੀਨੇ ਤੋਂ ਮੈਂ ਸਦਕੇ ਜਾ, ਮਦੀਨੇ ਤੋਂ ਮੈਂ ਜਿਹੜਾ ਨਾ ਬੋਲਿਆ ਮੈਂ ਆਖਾਂਗਾ ਰਲਾ ਮਾਲ। ਮਦੀਨੇ ਤੋਂ ਮੈਂ, ਆਵਾਜ਼ ਨਹੀਂ ਆਈ, ਮਦੀਨੇ ਤੋਂ ਮੈਂ ਸਦਕੇ ਜਾ। ਮਦੀਨਾ ਜਾਨ ਜਿੰਦ ਮੇਰੀ, ਆਪਾ ਜੀ ਮੈਂ ਹਦੀਸ ਪਾਕ ਚ ਪੜਿਆ, ਜੱਗਾਂ ਦੇ ਪੀਰ ਫਰਮਾਉਂਦੇ ਨੇ, ਉਹ ਜਿਹੜਾ ਬੰਦਾ ਇਹ ਦਿਲ ਵਿੱਚ ਤਮੰਨਾ ਤੇ ਆਰਜ਼ੂ ਰੱਖਦਾ ਅੱਲਾ ਮੈਨੂੰ ਮਦੀਨੇ ਵਿੱਚ ਮੌਤ ਆਏ ਤੇ ਅੱਲਾ ਮੈਂ ਮਦੀਨੇ ਵਿੱਚ ਦਫ਼ਨ ਹੋਵਾਂ, ਆਕਾ ਫਰਮਾਉਂਦੇ ਨੇ ਉਹਦੇ ਵਾਸਤੇ ਮੈਂ ਮੁਹੰਮਦ ਵੀ ਆਮੀਨ ਕਹਿਣਾ ਵਾ, ਤੇ ਜੇ ਅੱਲਾ ਉਹਨੂੰ ਮਦੀਨੇ ਮੌਤ ਦੇ ਦੇਵੇ ਇੱਥੇ ਦਫ਼ਨ ਹੋ ਜਾਵੇ, ਮੈਂ ਕਿਆਮਤ ਵਾਲੇ ਦਿਨ ਰੱਬ ਦੇ ਦਰਬਾਰ ਵਿੱਚ ਉਹਦੀ ਸ਼ਫਾਤ ਕਰਾਂਗਾ। ਤੇ ਭਾਬੀਓ ਤੁਹਾਨੂੰ ਮੁਬਾਰਕ ਹੋਵੇ, ਅਲਹਮਦੁਲਿਲਾ। ਆ ਵੇਖੋ ਅਜਿੰਨਾ ਜਾਣਾ ਵੇਖ ਕੇ ਆਇਆ ਜੇ ਜੰਨਤੁਲ ਬਕੀ ਵਿੱਚ ਉਸਮਾਨ ਦੇ ਗਵਾਂਢ ਮੇਰਾ ਅਲਾਮਾ ਇਹਸਾਨ ਸੁੱਤਾ, ਤੇ ਆਕਾ ਫਰਮਾਂਦੇ ਨੇ ਮਦੀਨਾ ਭੱਠੀ ਦੀ ਮਨਿੰਦੇ ਇਹ ਮੈਲ ਵੱਖਰੀ ਕਰ ਦਿੰਦਾ, ਮੈਲ ਵੱਖਰੀ ਕਰ ਦਿੰਦਾ, ਭੁੰਨ ਦਿੰਦਾ ਭੁੰਨ ਦਿੰਦਾ। ਆ ਜਿਵੇਂ ਭੱਠੀ ਵਿੱਚ ਸੋਨਾ ਚਾਂਦੀ ਸੁੱਟੀਏ, ਮੈਲ ਵੱਖਰੀ ਤੇ ਸੋਨਾ ਤੇ ਚਾਂਦੀ ਨਿਖਰ ਕੇ ਬਾਹਰ ਆ ਜਾਂਦਾ। ਆਕਾ ਫਰਮਾਂਦੇ ਨੇ ਮਦੀਨਾ ਫਰਕ ਕਰ ਦਿੰਦਾ, ਮੁਨਾਫਕ ਕਿਹੜਾ ਮੋਮਨ ਕਿਹੜਾ। ਓ ਲੋਗੋ ਸੁਣ ਲਓ, ਮਦੀਨੇ ਤੋਂ ਮੈਂ ਸਦਕੇ ਜਾ, ਮਦੀਨਾ ਜਾ ਜਿੰਦ ਮੇਰੀ ਉਹ ਹਿਜਰਤ ਗਾ ਮੁਹੰਮਦ ਦੀ, ਸੁਣ ਵਹਾਬੀਆਂ ਕੋਲੋ ਉਹ ਹਿਜਰਤ ਗਾ ਮੁਹੰਮਦ ਦੀ, ਉਹ ਦਫਨਾਨਾ ਮੁਹੰਮਦ ਦਾ। ਤੇ ਮੱਕਾ ਕਿਹੜਾ ਮੱਕਾ ਜਿਹਦੇ ਬਾਰੇ ਅੱਲਾ ਆਉਂਦੇ ਨੇ, ਵਤੀ ਵਜ਼ੈਤੂ ਤੂਰੀ ਸੀਨੀ ਵਹਾਜ਼ਲ ਬਾਲਾ ਦਿਲ ਅਮੀਨ। ਇੱਕ ਵਾਰੀ ਫਿਰ ਕਹੋ ਸੁਭਾਨ ਅੱਲਾਹ। ਇਹ ਸੁਭਾਨ ਅੱਲਾਹ ਆਖੋਗੇ ਤਾਂ ਮੈਂ ਟੁਰਾਂਗਾ, ਮੇਰਾ ਪੈਟਰੋਲ ਜੇ ਪੈਟਰੋਲ ਸੁਭਾਨ ਅੱਲਾਹ। ਮੌਲਵੀਆਂ ਦਾ ਪੈਟਰੋਲ ਹੈ ਹਲਵਾ। ਬਸ ਸੀ ਐਨ ਜੀ ਮੁੱਕ ਗਈ। ਸ਼ੇਖ ਉਲ ਕੁਰਾਨ ਮੌਲਾਨਾ ਮੁਹੰਮਦ ਹੁਸੈਨ ਸ਼ੇਖੂਪੁਰੀ ਰਹਿਮਤੁਲਲਾਹ ਅਲੈ, ਅੱਲਾ ਇਹਨਾਂ ਦੀਆਂ ਕਬਰਾਂ ਜੰਨਤ ਦੇ ਬਾਗਾਂ ਚੋਂ ਬਾਗ ਬਣਾ। ਅੱਲਾ
ਔਰ ਮੈਨੂੰ ਇਸ ਕਿਤਾਬ ਦੇ ਉਤਾਰਨ ਵਾਲੇ ਦੀ ਕਸਮ, ਜੇ ਮੈਂ ਗੱਲ ਗੋਲ ਮੋਲ ਨਹੀਂ ਕਦੀ ਕੀਤੀ, ਮੈਂ ਖਰੀ ਕਰਨਾ ਹੁੰਦਾ। ਮੈਨੂੰ ਉਮੀਦ ਨਹੀਂ, ਮੈਨੂੰ ਯਕੀਨ ਹੈ, ਯਕੀਨ ਹੈ ਹਾਫਜ਼ ਜੀ, ਯਕੀਨ। ਔਰ ਰੱਬ ਦੀਆਂ ਜੰਨਤਾਂ ਵਿੱਚ ਇਕੱਠੇ ਬੈਠੇ ਹੋਣਗੇ, ਜਿਵੇਂ ਇੱਥੇ ਸਟੇਜਾਂ ਤੇ ਇਕੱਠੇ ਸਨ ਨਾ ਕੁਰਾਨ ਸੁਣਾਉਣ ਵਾਲੇ। ਜੇ ਕੁਰਾਨ ਸੁਣਾਉਣ ਵਾਲਿਆਂ ਨਹੀਂ ਜਾਣਾ ਤੇ ਗਾਲੀਆਂ ਕੱਢਣ ਵਾਲਿਆਂ ਜਾਣਾ ਫਿਰ। ਅੱਲਾ ਕੱਲ ਕਿਆਮਤ ਦਾ ਦਿਨ ਹੋਵੇ, ਐਵੇਂ ਉੱਥੇ ਅਸੀਂ ਵੀ ਇਕੱਠੇ ਹੀ ਹੋਈਏ, ਤੇ ਤੁਸੀਂ ਮੈਨੂੰ ਤੇ ਹਾਫਜ਼ ਰਣਵਾਉਂਦੇ ਹੋਵੋ ਤੇ ਉੱਥੇ ਉਹ ਸਾਡੇ ਵੱਡੇ ਬੈਠੇ ਹੋਣ ਤੇ ਅਸੀਂ ਕੁਰਾਨ ਪੜ੍ਹਦੇ ਹੋਈਏ। ਆਮੀਨ ਤੇ ਕਹਿ ਦਿਓ, ਆਮੀਨ ਤੇ ਕਹਿ ਦਿਓ ਨਾ। ਆਵਾਜ਼ ਆਉਂਦੀ ਹੈ, ਅੱਲਾ ਫਰਮਾਂਦੇ ਨੇ ਵਤੀ ਵਜ਼ੈਤੂਨ ਵਤੂਰ ਸੀਨੀ ਵਹਾਜ਼ਾ ਬਲਦਿਲ ਅਮੀਨ। ਸੁਭਾਨ ਅੱਲਾ, ਸੁਭਾਨ ਅੱਲਾ, ਅੱਲਾ ਇਹ ਕਿਹੜਾ ਸ਼ਹਿਰ ਹੈ? ਬਲਦੀ ਅਮੀਨ ਆਖਿਆ ਈ ਫਰਮਾਇਆ ਯਜ਼ਦਾਨੀ ਜ਼ਰਾ ਪਿੱਛੇ ਚਲਾ ਜਾ, ਆਮੀਨਾ ਦੇ ਲਾਲ ਦੇ ਆਉਣ ਤੋਂ 4000 ਸਾਲ ਪਹਿਲੇ ਇਸੇ ਕਾਬਤੁੱਲਾ ਦੇ ਕੋਲ ਖਲੋ ਕੇ ਨਬੀ ਇਬਰਾਹੀਮ ਕਹਿ ਰਿਹਾ ਸੀ, ਵਾਇਜ਼ ਕਾਲਾ ਇਬਰਾਹੀਮ ਰੱਬੀ ਜਾਲਾਜ਼ਾ ਬਲਦਨ ਆਮੀਨਾ। ਅੱਲਾ ਇਸ ਸ਼ਹਿਰ ਨੂੰ ਅਮਨ ਵਾਲਾ ਬਲਾ ਦੇ। ਕਾਦਾ ਸਾਰੇ ਬੋਲੋ, ਮੱਕੀ ਅਮਨ ਹੈ ਕਿ ਨਹੀਂ? ਕਿਉਂ ਅਮਨ ਹੀ? ਉੱਥੇ ਸ਼ਿਰਕ ਨਹੀਂ, ਉੱਥੇ ਬਿਦਤ ਨਹੀਂ। ਓਏ ਜਿੱਥੇ ਝਗੜੇ ਦੰਗੇ ਫਸਾਦ ਨੇ, ਇਹ ਸ਼ਿਰਕ ਦੀ ਨਹੂਸਤ, ਇਹ ਬਿਦਤ ਦੀ ਨਹੂਸਤ। ਉੱਥੇ ਮੱਕਾ ਮਦੀਨਾ ਅਮਨ ਵਾਲਾ, ਪਹਿਲੇ ਵੀ ਅਮਨ ਵਾਲਾ, ਅੱਜ ਵੀ ਅਮਨ ਵਾਲਾ, ਕਿਆਮਤ ਦੀ ਦਰੋ ਦੀਵਾਰ ਤੱਕ ਅਮਨ ਵਾਲਾ ਰਹੇਗਾ ਇਨਸ਼ਾਅੱਲਾਹ। ਆ ਕਈ ਇਰਾਨੀ ਭਾਈ, ਤਵੱਜੋ ਮੇਰੇ ਵੱਲ। ਉਹ ਬੀਬੀਓ, ਰੱਬ ਦਾ ਵਾਸਤਾ ਜੇ ਚੁੱਪ ਕਰ ਜਾਓ, ਅੱਗੇ ਸਾਨੂੰ ਜੰਨਤ ਤੋਂ ਕਢਾਇਆ ਸਾ, ਅੱਜ ਮਸੀਹ ਤੋਂ ਕਢਾਓ। ਨਹੀਂ ਚੁੱਪ ਕਰਕੇ ਤੇ ਬਹਿਣ ਨਾ, ਇਹ ਤੇ ਤਹਿਖਾਨੇ ਦੇ ਡੱਕੀਆਂ ਚੁੱਪ ਨਹੀਂ ਕਰਦੀਆਂ, ਹੁਣ ਤੇ ਸਿਰ ਤੇ ਚੜੀਆਂ ਨੇ। ਇਹਨਾਂ ਦਾ ਕਸੂਰ ਖੋਨੇ, ਤੁਸੀਂ ਆਪ ਹੀ ਸਿਰ ਤੇ ਭਾਈ। ਅੱਲਾ ਅੱਲਾ, ਤੁਹਾਨੂੰ ਸਮਝ ਅਤਾ ਕਰ ਦੇ। ਬੰਦੇ ਸਮਝਦਾਰ ਹੋ, ਕਿਸੇ ਟਾਈਮ ਭੁੱਲ ਜਾਂਦੇ ਹੋ, ਕੋਈ ਗੱਲ ਨਹੀਂ, ਭੁੱਲਣਾ ਮਾ ਭੁੱਲ ਜਾਏ ਬੰਦਾ, ਰੱਬ ਵੀ ਮਾਫ਼ ਕਰ ਦਿੰਦਾ। ਅਤੇ ਇਹਨਾਂ ਨੂੰ ਆਖੋ ਇਹ ਅੱਜ ਸਾਨੂੰ ਚੰਦ ਘੜੀਆਂ ਮਾਫ਼ ਕਰ ਦੇਣ, ਚੁੱਪ ਕਰ ਜਾਣ। ਗੱਲ ਸੁਣ ਲਓ ਜ਼ਰਾ, ਆਇਆ ਕਈ ਜਿਨ੍ਹਾਂ ਨੂੰ ਆਪਣੇ ਪਿਓ ਦਾ ਨਹੀਂ ਪਤਾ, ਉਹ ਆਉਂਦੇ ਨੇ ਮੱਕੇ ਮਦੀਨੇ ਦੀਆਂ ਗਲੀਆਂ 'ਚ ਖੂਨ ਦੀਆਂ ਨਦੀਆਂ ਵਹਾ ਦੇਣੀਆਂ ਨੇ,
ਜੰਮੇ ਕਿਹੜੇ ਦਿਨ? ਉਹ ਪਹਿਲਾਂ ਪਿਓ ਤੇ ਆਪਣਾ ਲੱਭੋ ਜੈਨਵਨ। ਸੁਣੋ, ਰੱਬੇ ਮੁਹੰਮਦ ਦੀ ਕਸਮ, ਕੁਰਾਨ ਪੜ ਕੇ ਕਹਿਣਾ, ਰੱਬ ਨੂੰ ਗਵਾਹ ਬਣਾ ਕੇ ਕਹਿਣਾ, ਜਬ ਤੱਕ ਅਹਲੇ ਹਦੀਸ ਦਾ ਇੱਕ ਇੱਕ ਬੱਚਾ ਜ਼ਿੰਦਾ ਔਰ ਜਬ ਤੱਕ ਸਾਊਦੀ ਹਕੂਮਤ ਜ਼ਿੰਦਾ, ਕੋਈ ਕਾਫਰ, ਕੋਈ ਮੁਸ਼ਰਕ, ਕੋਈ ਬੇਈਮਾਨ ਮੱਕੇ ਤੇ ਮਦੀਨੇ ਤੇ ਕਬਜ਼ਾ ਨਹੀਂ ਕਰ ਸਕੇਗਾ। ਜਿਹੜਾ ਉਹਦੇ ਵੱਲ ਅੱਖ ਚੁੱਕੇਗਾ, ਅੱਖ ਕੱਟ ਦਿੱਤੀ ਜਾਏਗੀ, ਹੱਥ ਤੋੜ ਦਿੱਤਾ ਜਾਏਗਾ, ਲੱਤ ਕੱਟ ਦਿੱਤੀ ਜਾਏਗੀ, ਅਸੀਂ ਮਰਦੇ ਜਾਵਾਂਗੇ, ਮੱਕੇ ਮਦੀਨੇ ਤੇ ਆਂਚ ਨਹੀਂ ਆਉਂਦੇ ਵਾ। ਨਾਰੇ ਤਕਬੀਰ, ਨਾਰੇ ਤਕਬੀਰ, ਅਸਮਤੇ ਮੱਕਾ, ਅਸਮਤੇ ਮਦੀਨਾ, ਸਾਨੂੰ ਉਹਦੇ ਨਾਲ ਪਿਆਰ ਕਿਉਂ ਵੀ ਹਫਤ ਜੀ? ਕਾਬੇ ਦਾ ਗੁਲਾਬ ਕਾਲਾ ਦੂਰੋਂ ਲਹਿਰਾਏ ਨੀ, ਮੰਗੋ ਦੁਆਵਾਂ ਅੱਲਾ ਸਭ ਨੂੰ ਬੁਲਾਏ ਨੀ। ਅਮੀਨ ਕਹਿ ਦਿਆ ਜੀ, ਅਮੀਨ ਕਹਿ ਦਿਆ। ਆਵਾਜ਼ ਖੋਲੋ ਯਾਦ ਰੱਖ ਥੋੜੀ ਜੀ, ਆ ਸਪੀਕਰ ਜ਼ਰਾ ਵੱਡੇ ਰੱਖ ਲਿਆ ਕਰੋ। ਅੱਲਾ ਅੱਲਾ ਅੱਲਾ, ਕਾਬੇ ਦਾ ਗੁਲਾਬ ਕਾਲਾ ਦੂਰੋਂ ਲਹਿਰਾਏ ਨੀ, ਮੰਗੋ ਦੁਆਵਾਂ ਅੱਲਾ ਸਭ ਨੂੰ ਬੁਲਾਏ ਨੀ। ਅਸੀਂ ਮੱਕੇ ਮਦੀਨੇ ਤੇ ਕਿਉਂ ਮਰਨੇ ਆ? ਸੁਣ ਜ਼ਰਾ, ਖਾਨਾ ਕਾਬ ਅਰਬ ਦੇ ਨਜ਼ਾਰੇ ਰੱਬ ਵੱਖਰੇ ਬਣਾਏ ਨੀ, ਅਰਬ ਦੇ ਨਾਫਜੀ ਅਫਜੀ, ਅਰਬ ਦੇ ਨਜ਼ਾਰੇ ਰੱਬ ਵੱਖਰੇ ਬਣਾਏ ਨੀ, ਖਾਨਾ ਕਾਬਾ ਉਥੇ ਨਾਲੇ ਨਬੀ ਡੇਰੇ ਲਾਏ ਨੀ, ਹਾਜੀ ਕਰਦੇ ਤਵਾਫ ਨਾਲੇ ਵੇਖਦੇ ਗੁਲਾਬ ਨੀ, ਹਾਜੀ ਕਰਦੇ ਤਵਾਫ। ਤੇਰਾ ਮੇਰਾ ਫਰਕ, ਤੂੰ ਇੱਥੇ ਬਣਾ ਕੇ ਬੇਬੇ ਦੀ, ਬਾਬੇ ਦੀ, ਮਾਮੇ ਦੀ, ਫੁੱਫੀ ਦੀ, ਚਾਚੇ ਦੀ, ਤਾਏ ਦੀ, ਬਾਬੇ ਦੀ, ਦਾਦੇ ਦੀ, ਫਲਾਂ ਤੇ ਫਲਾਂ ਦੀ ਕਬਰ ਤੇ ਫੇਰੇ ਪਾਨਾ। ਐਲਾ ਹਦੀਸ ਕੀ ਆਂਦਾ? ਰੱਬ ਦੇ ਨਜ਼ਾਰੇ ਰੱਬ ਵੱਖਰੇ ਬਣਾਏ ਨੀ, ਖਾਨਾ ਕਾਬਾ ਉਥੇ ਨਾਲੇ ਨਬੀ ਡੇਰੇ ਲਾਏ ਨੀ, ਹਾਜੀ ਕਰਦੇ ਤਵਾਫ ਨਾਲੇ ਵੇਖਦੇ ਗੁਲਾਬ ਨੀ, ਹਾਜੀ ਦਾ ਖਤਾਬ ਸੋਨਾ ਉਥੋਂ ਮਿਲ ਜਾਏ ਨੀ।
ਇਹ ਹਾਜੀ ਦਾ ਖਿਤਾਬ ਕਿੱਥੋਂ ਮਿਲਦਾ? ਮੈਦਾਨ ਅਰਫਾਤ ਵਿੱਚੋਂ। ਉਹ ਕਿੱਥੇ ਵੇ? ਉਹ ਵੀ ਮੱਕੇ ਦੇ ਵਿੱਚ। ਅੱਲਾਹ ਅੱਲਾਹ, ਉਹ ਬਗਦਾਦ ਗਿਆ ਹਾਜੀ ਨਹੀਂ ਬਣਦਾ ਹਾਫਜ਼ ਜੀ, ਕੂਫੇ ਗਿਆ ਹਾਜੀ ਨਹੀਂ ਬਣਦਾ ਹਾਫਜ਼ ਮੁਬਸ਼ਰ ਸਾਹਿਬ, ਉਹ ਬਸਰੇ ਗਿਆ ਕੋ ਹਾਜੀ ਨਹੀਂ ਬਣਦਾ, ਬਰੇਲੀ ਗਿਆ ਹਾਜੀ ਦਿਓਬੰਦ ਗਿਆ ਹਾਜੀ, ਸ਼ਾਮ ਗਿਆ ਹਾਜੀ, ਆ ਮਿਸਰ ਗਿਆ ਹਾਜੀ ਨਹੀਂ ਬਣਦਾ, ਅਫਗਾਨਿਸਤਾਨ ਗਿਆ ਹਾਜੀ ਨਹੀਂ ਬਣਦਾ। ਤੇ ਫਿਰ ਜਿੱਧਰ ਤੈਨੂੰ ਵਾਪੀ ਸਾਦੇ ਨੀ ਉਧਰ ਆ, ਹਾਜੀ ਕਰਦੇ ਤਵਾਫ ਨਾਲ ਵੇਖਦੇ ਗੁਲਾਬ ਨੀ, ਹਾਜੀ ਦਾ ਖਤਾਬ ਸੋਨਾ ਉਥੋਂ ਮਿਲ ਜਾਏ ਨੀ। ਤੁਸੀਂ ਇੰਜ ਨਹੀਂ ਸਮਝੇ, ਅੱਲਾ ਕੀ ਆ, ਅੱਲਾ ਦੇ ਖਲੀਲ ਨੇ ਬਣਾਇਆ ਨਾ ਤੇ ਆਖਿਆ ਅੱਲਾ ਇਹ ਆਬਾਦ ਕਿਵੇਂ ਹੋਏਗਾ? ਫਰਮਾਇਆ ਮੇਰੇ ਖਲੀਲ ਉੱਚੀ ਜਗ੍ਹਾ ਤੇ ਖਲੋ ਕੇ ਆਵਾਜ਼ ਦੇਣਾ, ਤੇਰਾ ਕੰਮ ਕਿਆਮਤ ਤੱਕ ਦੇ ਆਉਣ ਵਾਲੇ ਹਰ ਫਰਦੋ ਬਸ਼ਰ ਦੇ ਕੰਨ ਵਿੱਚ ਆਵਾਜ਼ ਪਹੁੰਚਾਉਣਾ, ਮੈਂ ਰੱਬ ਦਾ ਕੰਮ। وَأَذِّنْ وَأَذِّنْ فِي النَّاسِ بِالْحَجِّ يَأْتُوكَ رِجَالًا وَعَلَى وَاشَاءَ عبد الغنی مرحوم اللہ تیری قبر منور فرمائے۔ وَأَذِّنْ فِي النَّاسِ بِالْحَجِّ يَأْتُوكَ رِجَالًا وَعَلَى كُلِّ زَامِرِينَ من كل فج امين۔ اے میرے خلیل ایتھے لوگ آن گے، اے پیدل آن گے، سواریاں تے آن گے، ہوائی جہازاں تے آن گے، گڈیاں کاراں تے آن گے، ایتھے آندے رہن گے، قیامت ਤੱਕ ਫੇਰੇ ਪਾਉਂਦੇ ਰਹਿਣਗੇ। ਤੇ ਸੁਣ ਲਓ ਜ਼ਰਾ, ਮੈਂ ਗੱਲ ਕਹਿ ਦਿਆਂ ਤੇ ਤੁਸੀਂ ਆਮੀਨ ਕਹਿਣੀ ਹੈ, ਕਹੋਗੇ ਸਾਨੂੰ ਰੱਬ ਨੇ ਬੁਲਾਇਆ ਅਸੀਂ ਚੱਲੇ ਹੱਜ ਨੂੰ। ਆ ਕਹੀਏ ਇੱਥੇ ਕਿੱਥੇ ਚੱਲਣਾ? ਐ ਜੇ ਅਸੀਂ ਬੱਸ ਕਰਾਈਏ ਐ ਸੇਵਨ ਸ਼ਰੀਫ ਚੱਲੇ। ਅਗਲੇ ਦਿਨ ਅਖਬਾਰ ਤੇ ਆਇਆ ਹੁੰਦਾ ਆ ਬੱਸ ਹੀ ਉਲਟੀ ਪਈ ਹੈ ਦਰਿਆ ਵਿੱਚ, ਸਾਰੇ ਫੁੰਡੁੱਕੇ ਪਏ। ਆ ਤੂੰ ਕਿੱਥੇ ਚੱਲਾ? ਮੈਂ ਸੁਲਤਾਨ ਬਹੁ ਬੱਸ ਕਰਾਈ ਹੈ। ਤੂੰ ਕਿੱਥੇ ਚੱਲਾ? ਐ ਮੈਂ ਜਨਾਬ ਉਹ ਸ਼ਹਿਬਾਜ਼ ਕਲੰਦਰ ਝੂਲੇ ਲਾਲ ਬਚ ਗਏ ਤੇ ਝੂਲੇ ਲਾਲ ਫੜੇ ਗਏ ਤੇ ਬੂਥੇ ਲਾਲ। ਕਿੱਥੇ ਚੱਲਿਆ ਜੀ? ਝੂਲੇ ਲਾਲ ਹੈ ਜੋ ਜੋ ਉੱਥੇ ਕਰਦੇ ਰਹੇ ਬਚ ਗਏ ਤੇ ਝੂਲੇ ਲਾਲ, ਜੇ ਫੜੇ ਗਏ ਤੇ ਫਿਰ ਬੂਥੇ ਲਾਲ। ਭਾਈ ਅੱਲਾ ਨੇ ਸਾਨੂੰ ਬਚਾ ਕੇ ਰੱਖੇ, ਅੱਲਾ ਅੱਲਾ। ਅਸੀਂ ਕੀ ਆਨੇ ਆ? ਆ ਸਾਨੂੰ ਰੱਬ ਨੇ ਬੁਲਾਇਆ ਅਸੀਂ। ਮੈਂ ਤੇ ਇੱਕ ਤਫਸੀਰ ਦੀ ਕਿਤਾਬ ਚ ਪੜ੍ਹਿਆ ਕਾਬਤੁੱਲਾ, ਆਹ ਜਿਨ੍ਹਾਂ ਵੇਖਿਆ ਖੁਦਾ ਦੀ ਕਸਮੀ ਉਹਨਾਂ ਨੂੰ ਪਤਾ। ਔਰ ਗੱਲਾਂ ਦੋ ਜੇ
ਜਿਹਨੇ ਵੇਖਿਆ ਨਹੀਂ ਨਾ ਉਹ ਜਾਨ ਨੂੰ ਤਰਸਦਾ, ਉਹ ਜਾਨ ਨੂੰ ਤਰਸਦਾ, ਤੇ ਜਿਹੜਾ ਵੇਖ ਆਇਆ ਨਾ ਉਹ ਦੁਬਾਰਾ ਜਾਨ ਨੂੰ ਤੜਪਦਾ। ਅੱਲਾ ਹੁਣ ਕਿਵੇਂ ਜਾਵਾਂ, ਹੁਣ ਕਦੋਂ ਜਾਵਾਂਗਾ, ਅੱਲਾ ਹੁਣ ਕਦੋਂ ਜਾਵਾਂਗਾ, ਅੱਲਾ ਹੁਣ ਕਦੋਂ ਜਾਵਾਂਗਾ, ਤੇ ਅਸੀਂ ਜਾਈਏ ਤੇ ਅਸੀਂ ਕੀ ਆਨੇ ਆ, ਸਾਨੂੰ ਰੱਬ ਨੇ ਬੁਲਾਇਆ ਅਸੀਂ ਚੱਲੇ ਹੱਜ ਨੂੰ, ਮੇਰੀ ਇਹੋ ਹੀ ਦੁਆ ਅੱਲਾ ਲੈ ਜੇ ਸਭ ਨੂੰ। ਅਮੀਨ ਕਹਿ ਦਿਓ, ਅਮੀਨ ਕਹਿ ਦਿਓ। ਸਾਨੂੰ ਰੱਬ ਨੇ ਬੁਲਾਇਆ ਅਸੀਂ, ਮੂੰਹ ਖੋਲੋ ਖੁਦਾ ਦੀ ਕਸਮ, ਪਤਾ ਨਹੀਂ ਕਬੂਲੀਅਤ ਦਾ ਟਾਈਮ ਹੋਵੇ ਕਿਹਦੀ ਜ਼ੁਬਾਨ ਚੋਂ ਅਮੀਨ ਨਿਕਲੀ, ਅੱਲਾ ਕਬੂਲ ਕਰ ਲੈ। ਅਰਸ਼ਾਂ ਵਾਲਿਆ ਤੇਰੀ ਰਹਿਮਤ ਦਾ ਵਾਸਤਾ ਦੇ ਕੇ ਗੱਲ ਕਰ ਰਹੇ ਆ, ਤੇਰੇ ਦਰ ਦੇ ਇਲਾਵਾ ਕੋਈ ਦਰ ਨਹੀਂ ਨਜ਼ਰ ਆਉਂਦਾ, ਤੇਰੇ ਪੈਗੰਬਰ ਦੇ ਇਲਾਵਾ ਕੋਈ ਰਹਿਬਰ ਨਜ਼ਰ ਨਹੀਂ ਆਉਂਦਾ। ਰੱਬਾ ਸਾਨੂੰ ਠੰਡਾ ਪੈਂਦੀਆਂ ਨੇ ਤੇ ਇੱਥੇ ਹੀ, ਤੇ ਅੱਲਾ ਸਾਨੂੰ ਇੱਥੇ ਹੀ ਲੈ ਜਾ, ਅੱਲਾ ਉੱਥੇ ਹੀ ਲੈ ਜਾ। ਸਾਨੂੰ ਰੱਬ ਨੇ ਬੁਲਾਇਆ ਅਸੀਂ ਚੱਲੇ ਹੱਜ ਨੂੰ, ਤੇ ਫਰਮਾਉਂਦੇ ਨੇ ਵਿੱਚ ਬਹਿ ਕੇ ਜਹਾਜ਼ ਅਸੀਂ ਮੱਕੇ ਜਾਵਾਂਗੇ, ਵਿੱਚ ਬਹਿ ਕੇ ਜਹਾਜ਼ ਅਸੀਂ ਮੱਕੇ ਜਾਵਾਂਗੇ, ਗੱਲ ਪਾ ਕੇ ਇਹਰਾਮ ਅਸੀਂ ਚੱਕਰ ਲਾਵਾਂਗੇ, ਗੱਲ ਪਾ ਕੇ ਇਹਰਾਮ ਅਸੀਂ ਚੱਕਰ ਲਾਵਾਂਗੇ। ਫਰਮਾਉਂਦੇ ਕੀਨ ਵਿੱਚ ਬਹਿ ਕੇ ਜਹਾਜ਼ ਅਸੀਂ ਮੱਕੇ ਜਾਵਾਂਗੇ, ਬੈਤੁੱਲਾ ਦੇ ਦੁਆਲੇ ਅਸੀਂ ਚੱਕਰ ਲਾਵਾਂਗੇ, ਆਏ ਅਸੀਂ ਸਾਰੀ ਦੁਨੀਆ ਛੱਡ ਕੇ ਤੇ ਤੇਰੇ ਘਰ ਨੂੰ, ਸਾਨੂੰ ਰੱਬ ਨੇ ਬੁਲਾਇਆ ਅਸੀਂ ਚੱਲੇ ਹੱਜ ਨੂੰ। ਉਹ ਹੱਜ ਉਮਰਾ ਇੱਕੋ ਗੱਲ, ਹੱਜ ਫਰਜ਼, ਆਕਾ ਨੇ ਫਰਮਾਇਆ ਉਮਰਾ ਜਿਹੜਾ ਰੋਜ਼ੇ ਵਿੱਚ ਕਰੇਗਾ, ਰਮਜ਼ਾਨ ਵਿੱਚ ਕਰੇਗਾ, ਹੱਜ ਦਾ ਸਵਾਬ ਮਿਲੇਗਾ। ਅੱਲਾ ਅੱਲਾ, ਤੇ ਮੈਂ ਪੜ੍ਹਿਆ ਤਫਸੀਰ ਦੀਆਂ ਕਿਤਾਬਾਂ 'ਚ, ਇਹ ਜਿਸ ਜਗ੍ਹਾ 'ਤੇ ਕਾਬਤੁੱਲਾ, ਇੱਥੇ ਰੱਬ ਦੀਆਂ 120 ਰਹਿਮਤਾਂ ਹਰ ਵੇਲੇ ਹੀ ਵਸਦੀਆਂ ਨੇ, 24 ਘੰਟੇ ਹੀ 120 ਰਹਿਮਤ, ਉਹਦੀ ਰਹਿਮਤ ਇੱਕ ਹੀ ਵਾਧੂ ਹੈ। 120 ਰਹਿਮਤਾਂ ਅੱਲਾ ਕਿਹੜੀਆਂ ਕਿਹੜੀਆਂ, ਫਰਮਾਇਆ 60 ਰਹਿਮਤਾਂ ਜਿਹੜੇ ਤਵਾਫ ਕਰਦੇ ਨੇ, ਆਖੋ ਜਿਹੜੇ ਤਵਾਫ ਕਰਦੇ ਨੇ 60 ਰਹਿਮਤਾਂ ਉਹਨਾਂ ਤੇ, ਤੇ ਜਿਹੜੇ ਨਫਲ ਪੜਦੇ ਨੇ 40 ਰਹਿਮਤਾਂ ਉਹਨਾਂ ਤੇ, ਤੇ ਜਿਹੜੇ ਉਂਝੀ ਬਹਿ ਕੇ ਕਾਬੇ ਵੱਲ ਵੇਂਦੇ ਰਹਿੰਦੇ ਨੇ 20 ਰਹਿਮਤਾਂ ਉਹਨਾਂ ਤੇ। ਅਬ ਖਾ ਦੁਨੀਆ ਤੇ ਕੋਈ ਹੋਰ ਜਗ੍ਹਾ ਐਵੇਂ ਦੀ, ਜਿੱਥੇ ਇੱਕ ਨਿਮਾਜ਼ ਦੀ ਲੱਖ ਬਣਦੀ, ਉੱਥੇ ਉਮਰਾਂ ਨੰਗਾਨਨ ਨੂੰ ਜੀ ਕਰਦਾ, ਜਿੱਥੇ ਇੱਕ ਨਿਮਾਜ਼ ਅੱਲਾ ਮੁੱਦਤ ਗੁਜ਼ਰੀ ਹੈ ਸਿੱਖਦਿਆਂ ਨੂੰ, ਜੋਗੀ ਸ਼ਾਂਗ ਬਣਾਨਨ ਨੂੰ ਜੀ ਕਰਦਾ, ਤੇਰੇ ਘਰ ਦੇ
ਦੇ ਦਵਾਲੇ ਭੱਜ ਭੱਜ ਕੇ ਉਹ ਸੁਣ ਬਾਬੀਆਂ ਕੋਲੋਂ ਅੱਲਾ ਤੇਰੇ ਘਰ ਦੇ ਦਵਾਲੇ ਭੱਜ ਭੱਜ ਕੇ ਤੇਰੇ ਘਰ ਦੇ ਦਵਾਲੇ ਨਸ ਨਸ ਕੇ ਸਾਡਾ ਫੇਰੀਆਂ ਪਾਨ ਨੂੰ ਜੀ ਕਰਦਾ ਅੱਲਾ ਤੇਰਾ ਘਰ ਵੇਖਾਂ ਤੇਰਾ ਦਰ ਵੇਖਾਂ ਤੇਰੇ ਦਰ ਉੱਤੇ ਰੱਖ ਰੱਖ ਸਰ ਵੇਖਾਂ ਜਿੱਥੇ ਇੱਕ ਨਿਮਾਜ਼ ਦੀ ਲੱਖ ਬਣਦੀ ਉੱਥੇ ਉਮਰਾਂ ਨੰਗਾਨ ਨੂੰ ਜੀ ਕਰਦਾ ਏ ਮੇਰੇ ਅੱਲਾ ਅੱਲਾ ਜਦੋਂ ਫਾਰਿਗ ਹੋ ਜਾ ਮੈਂ ਹੱਜ ਕਰਕੇ ਤੇ ਤਵਾਫ ਵੀ ਕਰ ਲਾਂ ਜੀ ਭਰ ਕੇ ਭਾਵੇਂ ਪੈਦਲ ਜਾਂ ਤੇਰੇ ਨਬੀ ਦੇ ਸ਼ਹਿਰ ਨੂੰ ਉਸ ਸ਼ਹਿਰ ਨੂੰ ਜਾਨ ਨੂੰ ਜੀ ਕਰਦਾ ਅੱਲਾ ਮੇਰਾ ਜੀ ਕਰਦਾ ਮੇਰਾ ਜੀ ਕਰਦਾ ਸਬਜ਼ ਗੁੰਬਦ ਅੱਖੀਆਂ ਦੇ ਵਿੱਚ ਫਿਰਦਾ ਜਿਸ ਸਾਰੀ ਦੁਨੀਆ ਠਾਰ ਦਿੱਤੀ ਸਾਡਾ ਵੀ ਠੰਡ ਪਾਨ ਨੂੰ ਜੀ ਕਰਦਾ ਤੇ ਕਹਿਣ ਵਾਲਾ ਕੀ ਆਉਂਦਾ ਆਂਦਾ ਅੱਲਾ ਤੇਰੇ ਘਰ ਜਿਹਾ ਹੋਰ ਨਹੀਂ ਕੋਈ ਘਰ ਸੋਹਣਿਆ ਤੇਰੇ ਦਰ ਜਿਹਾ ਹੋਰ ਨਹੀਂ ਕੋਈ ਦਰ ਸੋਹਣਿਆ ਸਾਰੀ ਦੁਨੀਆ ਛੱਡ ਕੇ ਤੇ ਚੱਲੇ ਤੇਰੇ ਘਰ ਨੂੰ ਸਾਨੂੰ ਰੱਬ ਨੇ ਬੁਲਾਇਆ ਅਸੀਂ ਚੱਲੇ ਹੱਜ ਨੂੰ ਔਰ ਸਾਡੀ ਇਹੋ ਹੀ ਦੁਆ ਅੱਲਾ ਲੈ ਜਾਏ ਸਭ ਨੂੰ ਲਿਬਾਸ ਕਬਰ ਵਾਲਾ ਅੱਜ ਅਸੀਂ ਪਾ ਕੇ ਆਏ ਹਾਂ ਲਿਬਾਸ ਕਬਰ ਵਾਲਾ ਅੱਜ ਅਸੀਂ ਪਾ ਕੇ ਆਏ ਹਾਂ ਫਿਕਰ ਦੁਨੀਆ ਦੇ ਸਾਰੇ ਹੀ ਮੁਕਾ ਕੇ ਆਏ ਹਾਂ ਖਤਮ ਕਰਕੇ ਆਏ ਆਪਣੀ ਸੱਜ ਤੱਜ ਨੂੰ ਖਤਮ ਕਰਕੇ ਤੇ ਆਏ ਆਪਣੀ ਸੱਜ ਤੱਜ ਨੂੰ ਸਾਨੂੰ ਰੱਬ ਨੇ ਬੁਲਾਇਆ ਅਸੀਂ ਚੱਲੇ ਅੱਜ ਨੂੰ ਸਾਡੀਆਂ ਦੁਆਵਾਂ ਰੱਬਾ ਤੂੰ ਕਬੂਲ ਕਰ ਲਈ ਅਮੀਨ ਕਹਿ ਦਿਓ ਸਾਡੀਆਂ ਦੁਆਵਾਂ ਰੱਬਾ ਤੂੰ ਕਬੂਲ ਕਰ ਲਈ ਸਾਡੇ ਹੱਜਾਂ ਨੂੰ ਕਬੂਲ ਤੂੰ ਜ਼ਰੂਰ ਕਰ ਲਈ ਸਾਡੀਆਂ ਦੁਆਵਾਂ ਰੱਬਾ ਤੂੰ ਕਬੂਲ ਕਰ ਲਈ ਸਾਡੇ ਹੱਜਾਂ ਨੂੰ ਕਬੂਲ ਜ਼ਰੂਰ ਕਰ ਲਈ ਅੱਲਾ ਕਰੀ ਰਹਿਮਤ ਦੀ ਨਜ਼ਰ ਕਰੀ ਰਹਿਮਤ ਦੀ ਨਜ਼ਰ
ਨਾ ਵੇਖੀ ਸਾਡੇ ਚੱਜ ਨੂੰ, ਅੱਲਾ ਕਰੀ ਰਹਿਮਤ ਦੀ ਨਜ਼ਰ ਨਾ ਵੇਖੀ ਸਾਡੇ ਚੱਜ ਨੂੰ, ਸਾਨੂੰ ਜਾਜ ਕੋ ਨਹੀਂ ਉਹ ਤੈਨੂੰ ਮਨਾਉਣ ਦੀ, ਕਰੀ ਰਹਿਮਤ ਦੀ ਨਜ਼ਰ ਨਾ ਵੇਖੀ ਸਾਡੇ ਚੱਜ ਨੂੰ, ਸਾਨੂੰ ਰੱਬ ਨੇ ਬੋਲਾਇਆ ਅਸੀਂ ਚੱਲੇ ਹੱਜ ਨੂੰ, ਆਵਾਜ਼ ਆਉਂਦੀ ਏ ਅੱਲਾ ਫਰਮਾਉਂਦੇ ਨੇ ਲਾਉ ਕੁਸੀਮੁ ਬਿਹਾਜ਼ਲ ਬਲਦ ਵਾ ਅੰਤਾ ਹਿਲੁਮ ਬਿਹਾਜ਼ਲ ਬਲਦ ਵਾ ਵਾਲਿਦਿਉ ਵਾ ਮਾ ਵਲਦ ਵਤੀਨ ਵਾ ਜ਼ੈਤੂਨ ਵਾ ਤੂਰੀ ਸੀਨੀਨ ਵਾ ਹਾਜ਼ਲ ਬਲਦਿਲ ਅਮੀਨ ਅੱਲਾ ਮੈਨੂੰ ਤੁਹਾਨੂੰ ਆਪਣੇ ਕੁਰਾਨ ਨਬੀ ਦੇ ਫਰਮਾਨ ਤੇ ਅਮਲ ਦੀ ਤੋਫੀਕ ਅਤਾ ਫਰਮਾਏ। ਇਨਸ਼ਾ ਅੱਲਾ ਰੱਬ ਨੇ ਜ਼ਿੰਦਗੀ ਰੱਖੀ, ਜਦੋਂ ਉਮਰਾ ਕਰਕੇ ਆਓਗੇ ਜੇ ਫਿਰ ਤੁਸੀਂ ਯਾਦ ਕੀਤਾ ਤੇ ਮੈਂ ਤੇ ਹਫਜ਼ ਹੀ ਆਵਾਂਗੇ, ਫਿਰ ਇਨਸ਼ਾ ਅੱਲਾ ਰੱਜ ਕੇ ਕੁਰਾਨ ਸੁਣਾਵਾਂਗੇ। ਸੁਬਹਾਨਕ ਅੱਲਾਹੁਮਾ ਵਾ ਬਿਹਮਦਿਕਾ ਅਸ਼ਹਦੁ ਅੱਲਾ ਇਲਾਹਾ ਇਲਾ ਅੰਤ ਅਸਤਗਫਿਰੁਕ ਵਅਤੂਬੁ ਇਲੈਕ। ਬਸ ਟਾਈਮ ਕੋ ਨਹੀਂ ਭਾਈ, ਹੁਣ ਅਜ਼ਾਨ ਦਾ ਟਾਈਮ ਹੋ ਗਿਆ ਬਸ।